वाहेगुरु। सब दुख जाए ते एक बहादुर सिमरे घर ना लेते आवै तारे सब खाई हुए सहाय। दसवें पातशाह श्री गुरु गोबिंद सिंह साहिब जी सब खाई हुए सहाय। दसवें पातशाह की जोत श्री गुरु ग्रंथ साहिब जी के पाठ निगार का ध्यान करके बोलो जी वाहेगुरु। ਜਾਂ ਪਿਆਰਿਆਂ ਚੋਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਗੀਆਂ ਤੱਕੀਆਂ ਦੇ ਨਾਮ ਜੱਗੀਆਂ ਵੰਡ ਸਕਿਆ ਜੀ। ਰਾਮਗੜੀਆ ਜੀ ਦੇ 300 ਸਾਲਾ ਸ਼ਤਾਬਦੀ ਮੌਕੇ ਜਿੱਥੇ ਦਿੱਲੀ ਤੋਂ ਇੱਕ ਮਾਰਚ ਆਰੰਭ ਹੁੰਦਾ ਹੈ ਜਿਸ ਦੀ ਜੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਜਾਏਗਾ। ਇਹ ਮਾਰਚ ਦਿੱਲੀ ਤੋਂ ਆਰੰਭ ਹੋਇਆ ਸੀ ਜੋ ਕਿ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਦੀ ਇਤਿਹਾਸਿਕ ਧਰਤੀ 'ਤੇ ਪਹੁੰਚ ਚੁੱਕਾ ਹੈ। ਦੱਸ ਦਈਏ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਜਿੱਥੇ ਪੰਜ ਨਿਸ਼ਾਨਚੀ ਸਿੰਘਾਂ ਅਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਜੋ ਮਾਰਚ ਹੈ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਗਿਆ, ਜਿੱਥੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਇਸ ਫਤਿਹ ਮਾਰਚ ਦਾ ਸਵਾਗਤ ਕੀਤਾ ਗਿਆ। ਉੱਥੇ ਹੀ ਪੰਜ ਨਿਸ਼ਾਨਚੀ ਸਿੰਘ ਅਤੇ ਪੰਜ ਪਿਆਰਿਆਂ ਨੂੰ ਸਿਰੋਪਾ ਪਾ ਕੇ ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਫਤਿਹ ਵੀ ਸਾਂਝੀ ਕੀਤੀ। ਇਸ ਦੇ ਨਾਲ ਹੀ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਇਹ ਫਤਿਹ ਮਾਰਚ ਅਕਾਲ ਤਖਤ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਾਏਗਾ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਪਿਛਲੇ ਦਿਨੀ ਪਹਿਲਾਂ ਦਿੱਲੀ ਵਿਖੇ ਬਹੁਤ ਵੱਡੇ ਸਮਾਗਮ ਕੀਤੇ ਗਏ ਅਤੇ ਉਸ ਤੋਂ ਬਾਅਦ 3 ਦਿਨ ਉੱਥੇ ਜਿਹੜੇ ਗੁਰਮਤਿ ਸਮਾਗਮ ਹੋਣ ਤੋਂ ਬਾਅਦ ਇਹ ਫਤਿਹ ਮਾਰਚ ਜਿਹੜਾ ਇਹ ਦਿੱਲੀ ਤੋਂ ਰਵਾਨਾ ਹੋਇਆ, ਜੋ ਦਿੱਲੀ ਤੋਂ ਲੈ ਕੇ ਵੱਖ ਵੱਖ ਪੜਾਵਾਂ ਜਿਹਦੀ ਹੁੰਦਾ ਹੋਇਆ ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਿਆ। ਜੋ ਇਹ ਫਤਿਹ ਮਾਰਚ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਸਾਹਿਬ ਦੇ ਉਹਨਾਂ ਨੂੰ ਸਮਰਪਿਤ ਜਨਮ ਸ਼ਤਾਬਦੀ ਨੂੰ ਇਹ ਕੱਲ੍ਹ ਇੱਥੋਂ ਰਵਾਨਾ ਹੋ ਕੇ ਸ਼੍ਰੀ ਤਖਤ ਕੇਸਗੜ੍ਹ ਸਾਹਿਬ ਤੋਂ ਝੱਜ ਚੌਂਕ, ਕਾਨਪੁਰ ਖੂਈ, ਗੜ੍ਹ ਸ਼ੰਕਰ ਅਤੇ ਬੰਗੇ ਤੋਂ ਰਾਹੋਂ ਰੋਡ ਤੋਂ ਹੁੰਦਾ ਆ ਫਲੌਰ, ਉਸ ਤੋਂ ਮਾਊਂ ਸਾਹਿਬ ਜੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜਿੱਥੇ ਸਹੁਰੇ ਆ, ਉਸ ਸਥਾਨ 'ਤੇ ਜਾ ਕੇ ਇਹਨੇ ਸਮਾਪਤ